ਨੂੰ ਠੰਡੀਆਂ ਗੱਲਾਂ ਦਾ ਪਾਠ ਉਦੋਂ ਪੜਾਇਓ ਸ਼ਾਂਤੀ ਦਾ ਪਾਠ ਪੜਾਉਣ ਲੱਗ ਪੈਂਦੇ ਜੋ ਸ਼ਾਂਤੀ ਰੱਖਣ ਦਾ ਠੇਕਾ ਸੀ ਲਿਆ ਹੋਇਆ ਸਾਡੇ ਨਾਲ ਧੱਕੇ ਹੋਣ ਸਾਡਾ ਕਤਲੇਆਮ ਹੋਵੇ ਸਾਡਾ ਪਾਣੀ ਲੁੱਟੇ ਜਾਣ ਸਾਡੇ ਤਖ਼ਤ ਢਹਿਣ ਸਾਡੇ ਨੌਜਵਾਨਾਂ ਦੇ ਮੁਕਾਬਲੇ ਬਣਨ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਵੇ ਤੇ ਮਗਰੋਂ ਤੁਹਾਡੀ ਸਾਨੂੰ ਆਖੋ ਵੀ ਸ਼ਾਂਤੀ ਰੱਖੋ ਸ਼ਾਂਤੀ ਉਹਨਾਂ ਨੂੰ ਕਹੋ ਰੱਖਣ ਨੂੰ ਜਿਹੜੇ ਸਾਡੇ ਦੇ ਚੜ੍ਹ ਕੇ ਆਉਂਦੇ ਨੇ ਇੱਕ ਇੱਕ ਹਾਦਸਾ ਦੱਸੋ ਜਦੋਂ ਅਸੀਂ ਕਿਸੇ ਚੜ੍ਹ ਕੇ ਗਏ ਹੋਈਏ ਚੜ੍ਹ ਕੇ ਆਏ ਦਾ ਜਵਾਬ ਦੇਣਾ ਜਿਹੜਾ ਦਰ ਤੇ ਆਇਆ ਉਹਨੂੰ ਦੇਖ ਦਈਦੀ ਹੈ ਤੇ ਜਿਹੜਾ ਚੜ੍ਹ ਕੇ ਆਈਦਾ ਉਹਨੂੰ ਦੇਖ ਦਈਦੀ ਹੈ ਇਹ ਮਹਾਰਾਜ ਨੇ ਬਖਸ਼ੀ ਇਸ ਕਰਕੇ ਹੈ।